ਰਾਜਪੁਰਾ ਦੀ ਪੋਸ਼ ਕਲੋਨੀ ਜਾਣੀ ਜਾਂਦੀ ਨਿਊ ਦਸ਼ਮੇਸ਼ ਕਲੋਨੀ ਵਿੱਚ ਬੀਤੀ ਰਾਤ ਚੋਰਾਂ ਦੁਆਰਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ IPS ਅਧਿਕਾਰੀ ਸਾਕਸ਼ੀ ਵਰਮਾ, ਜੋ ਕਿ ਹਿਮਾਚਲ ਦੇ ਕਿਨੌਰ ਵਿੱਚ ਬਤੌਰ SSP ਤੈਨਾਤ ਨੇ, ਇਸ ਦੇ ਲਈ ਉਹਨਾਂ ਦੇ ਮਾਤਾ ਪਿਤਾ ਵੀ ਉਹਨਾਂ ਕੋਲ ਹਿਮਾਚਲ ਗਏ ਹੋਏ ਸਨ, ਜਿਸ ਕਾਰਨ ਉਹਨਾਂ ਦਾ ਘਰ ਬੰਦ ਪਿਆ ਸੀ ਅਤੇ ਉਹਨਾਂ ਦੇ ਘਰ ਦੀ ਉੱਪਰਲੀ ਮੰਜ਼ਿਲ ਤੇ ਇੱਕ ਪਰਿਵਾਰ ਕਿਰਾਏ ਤੇ ਰਹਿ ਰਿਹਾ ਸੀ। ਕਿਸੇ ਕੰਮ ਦੇ ਸਿਲਸਿਲੇ ਵਿੱਚ ਕਿਰਾਏਦਾਰ ਵੀ 2 ਦਿਨਾਂ ਤੋਂ ਘਰੋਂ ਬਾਹਰ ਗਏ ਹੋਏ ਸਨ। ਘਰ ਖਾਲੀ ਹੋਣ ਦੇ ਕਾਰਨ ਚੋਰਾਂ ਨੇ ਬੀਤੀ ਰਾਤ ਉੱਪਰਲੀ ਮੰਜ਼ਿਲ ਤੇ ਰਹਿ ਰਹੇ ਕਿਰਾਏਦਾਰਾਂ ਦੇ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਗੱਲ ਦਾ ਕਿਰਾਏਦਾਰਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਘਰ ਵਾਪਸ ਪਹੁੰਚੇ, ਜਿਸ ਦੇ ਬਾਅਦ ਕਿਰਾਏਦਾਰ ਪਰਿਵਾਰ ਦੁਆਰਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਬਾਹਰ ਘੁੰਮਣ ਵਾਸਤੇ, ਠੀਕ ਹੈ, ਸਾਡੇ ਲੌਕ ਲੱਗੇ ਹੋਏ ਸੀਗੇ, ਅਸੀਂ ਸੰਡੇ ਨੂੰ ਗਏ ਹਾਂ 3 ਵਜੇ ਤੋਂ ਇੱਥੋਂ। ਅਸੀਂ ਜਦ ਵਾਪਿਸ ਆਏ ਹਾਂ, ਨੀਚੇ ਦੇਖਿਆ ਨੀਚੇ ਮਕਾਨ ਮਾਲਕਾਂ ਦੇ ਲੌਕ ਖੁੱਲ੍ਹਾ ਹੋਇਆ ਸੀਗਾ। ਅਸੀਂ ਆਖਿਆ ਕਿ ਇਹ ਕੀ ਹੋਇਆ, ਸਾਡਾ ਨਾਈਫ ਉੱਪਰ ਵਾਲਾ ਨੀਚੇ ਪਿਆ ਹੋਇਆ। ਅਸੀਂ ਵਿੰਡੋ ਵੁੰਡੋ ਖੋਲ੍ਹ ਕੇ ਦੇਖਿਆ, ਨਹੀਂ ਖੁੱਲ੍ਹਿਆ ਉਹਨਾਂ ਦੇ। ਅਸੀਂ ਆਸ ਪੜੋਸ ਨੂੰ ਪੁੱਛਿਆ, ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਕੁਛ ਵੀ ਪਤਾ, ਹਲਕਾ ਜਿਹਾ ਖੜਕੇ ਦਾ ਆਵਾਜ਼ ਆਉਂਦੀ ਸੀ। ਅਸੀਂ ਜੋ ਕਿ ਸੋਚਿਆ ਕਿ ਤੁਸੀਂ ਹੋ। ਬਾਅਦ ਵਿੱਚ ਅਸੀਂ ਜਦੋਂ ਅੰਦਰ ਆ ਕੇ ਦੇਖਿਆ ਕਿ ਇਹਦੀ ਉਹ ਖੁੱਲ੍ਹੀ ਹੋਈ ਸੀਗੀ, ਵਾਸ਼ਰੂਮ ਦੀ ਕੁੰਡੀ ਖੁੱਲ੍ਹੀ ਹੋਈ ਸੀਗੀ। ਅਸੀਂ ਅੰਦਰ ਐਂਟਰੀ ਕੀਤੀ, ਅਸੀਂ ਆਪਣੀਆਂ ਅਲਮਾਰੀਆਂ ਖੋਲ੍ਹੀਆਂ ਨੇ, ਲੌਕ ਖੋਲ੍ਹੇ ਨੇ। ਲੋਕ ਦੇ ਵਿੱਚੋਂ ਸਾਡਾ ਜਿੰਨਾ ਗੋਲਡ ਸੀਗਾ, ਕੈਸ਼ ਸੀ, ਨਗਦੀ, ਸਾਡੇ ATM ਸੀਗੇ, ਜੋ ਵੀ ਸਾਰਾ ਸਮਾਨ ਸੀ, ਸਾਡੇ ਬਕਾਇਦਾ ਸਾਡੇ ਕੱਪੜੇ, ਸਾਡੀ ਸੋਪ, ਸਾਬਣਾਂ ਤੱਕ ਵੀ ਅੰਦਰ ਸਭ ਕੁਛ ਗੈਬ ਸੀਗਾ। ਸੰਡੇ ਚੌਦਾਂ ਨੂੰ ਗਏ ਹਾਂ ਤਾਂ ਅੱਜ 27 ਹੋ ਗਈ। ਅੱਜ ਲਗਭਗ 10,000 ਸਿਸਟਰ ਦਾ ਸੀਗਾ, 10,000 ਮੇਰਾ ਸੀਗਾ, ਬਾਕੀ ਹੋਰ ਵੀ ਗ੍ਰਾਂਪਰਾਂ ਪੈਸੇ ਪਏ ਹੋਏ ਸੀ, ਜੋ ਕੋਈ 500 ਕੋਈ 700 ਅਲੱਗ ਅਲੱਗ, ਉਹ ਵੀ ਗੋਲਡ ਦਾ ਸਮਾਨ ਸੀਗਾ ਸਾਡਾ, 2-3 ਤੋਲੇ ਗੋਲਡ ਸੀਗਾ, ਉਹ ਵੀ ਲੈ ਗਏ। ਸਾਡੇ ATM ਸੀਗੇ ਜਿੰਨੇ, ਸਾਰੇ ਲੈ ਗਏ। ਕੁਛ ਸ਼ੱਕ ਮੈਨੂੰ ਤੁਹਾਨੂੰ ਕਿਸ ਤੇ ਕੋਈ ਸ਼ੱਕ? ਸ਼ੱਕ ਸਰ ਡਸਟਬਿਨ ਵਾਲੇ ਤੇ ਹੋ ਸਕਦਾ ਹੈ, ਕਿ ਡਸਟਬਿਨ ਵਾਲੇ ਨੂੰ ਪਤਾ ਸੀ ਕਿ ਇੱਥੇ ਨਹੀਂ ਹੈਗੇ ਮਕਾਨ ਵਿੱਚ। SP ਵਰਮਾ, ਹਾਂਜੀ, ਉਹਨਾਂ ਦੀ ਬੇਟੀ IPS ਅਫਸਰ ਹੈ। ਕੀ ਨੇ ਉਹ, ਕਿੱਥੇ ਨੇ ਉਹ? ਮੌਕੇ ਤੇ ਪਹੁੰਚੇ ਰਾਜਪੁਰਾ ਸਿਟੀ ਪੁਲਿਸ ਦੇ ਇੰਚਾਰਜ ਗੁਰਚਰਨ ਸਿੰਘ ਦੁਆਰਾ ਪੂਰੇ ਘਰ ਦਾ ਨਿਰੀਖਣ ਕੀਤਾ ਗਿਆ ਅਤੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਰ ਕੁਝ ਦਿਨਾਂ ਤੋਂ ਬੰਦ ਪਿਆ ਸੀ ਤੇ ਉੱਪਰੀ ਮੰਜ਼ਿਲ ਤੇ ਰਹਿ ਰਹੇ ਕਿਰਾਏਦਾਰਾਂ ਦੇ ਘਰ ਵਿੱਚੋਂ ਕੁਝ ਕੀਮਤੀ ਸਮਾਨ, ATM ਅਤੇ ਘਰੇਲੂ ਸਮਾਨ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਏਗਾ। ਇੱਥੇ ਮੈਂ ਆ ਕੇ ਮੌਕੇ 'ਤੇ ਦੇਖਿਆ, ਕੋਈ ਪੌਣਾ ਕੁ ਤੋਲਾ ਸੋਨਾ ਉਹਨਾਂ ਦਾ ਚੋਰੀ ਹੋਇਆ ਵਾ ਅਤੇ 10,000 ਰੁਪਇਆ ਬੈਂਕ ਨੇ। ਬੈਂਕ ਦੀ ਇੱਕ ਟੀਮ ਹੈ, ਇੱਥੇ ਨਹੀਂ ਰਹਿੰਦੇ, ਉਹਦੇ ਪੇਰੈਂਟਸ ਦੀ ਕੋਠੀ ਹੈ ਇਹ, ਉਹਨਾਂ ਦੇ ਪੇਰੈਂਟਸ ਨਹੀਂ ਰਹਿੰਦੇ ਇੱਥੇ, ਉਹਨਾਂ ਨੇ ਕਿਰਾਏ 'ਤੇ ਦਿੱਤੀ ਵੀ। ਉਹਨਾਂ ਦੇ ਪੇਰੈਂਟਸ ਕਿੱਥੇ ਰਹਿੰਦੇ? ਉਹ ਬਾਹਰ ਲੜਕੀ ਕੋਲ ਰਹਿੰਦੇ। ਨੁਕਸਾਨ ਕੀ ਹੋਇਆ ਜੀ? ਨੁਕਸਾਨ ਤਾਂ ਕੋਈ 30,000 ਰੁਪਏ ਦਾ ਨੁਕਸਾਨ ਹੈ। ਠੀਕ ਹੈ। ਰਾਜਪੁਰਾ ਤੋਂ ਦਿਨੇਸ਼ ਸਚਦੇਵਾ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।